ਜਿੱਥੇ ਇੱਕ ਪਾਸੇ ਨੀਰਜ ਚੋਪੜਾ ਨੂੰ ਸਿਲਵਰ ਲਿਆਉਣ 'ਤੇ ਵਾਹਵਾਹੀ ਮਿਲ ਰਹੀ ਹੈ, ਉੱਧਰ ਹੀ ਅਰਸ਼ਦ ਨਦੀਮ ਅਜਿਹਾ ਨਾਮ ਹੈ ਜੋ ਬੀਤੀ ਰਾਤ ਤੋਂ ਹਰ ਕਿਸੇ ਦੀ ਜ਼ੁਬਾਨ 'ਤੇ ਹੈ। ਦਰਅਸਲ 27 ਸਾਲਾ ਜੈਵਲਿਨ ਥਰੋਅਰ ਅਰਸ਼ਦ ਨਦੀਮ ਪਾਕਿਸਤਾਨੀ ਖਿਡਾਰੀ ਹੈ ਜਿਸਨੇ ਜੈਵਲਿਨ ਥਰੋਅ ਈਵੈਂਟ ਦੇ ਫਾਈਨਲ ਦੇ ਵਿੱਚ ਸੋਨ ਤਗਮਾ ਜਿੱਤਿਆ। ਉਸਨੇ 92.97 ਮੀਟਰ ਦੂਰਸ ਜੈਵਲਿਨ ਸੁੱਟ ਕੇ ਓਲੰਪਿਕ 'ਚ ਅਨੋਖਾ ਰਿਕਾਰਡ ਬਣਾਇਆ। ਗੋਲਡ ਮੈਡਲ ਜਿੱਤਣ ਤੋਂ ਬਾਅਦ ਅਰਸ਼ਦ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ, ਚਰਚਾ ਹੋ ਰਹੀ ਹੈ, ਪਰ ਲੋਕ ਉਸਦੀ ਜ਼ਿੰਦਗੀ ਦੇ ਅਸਲ ਸੰਘਰਸ਼ ਦੀ ਕਹਾਣੀ ਬਾਰੇ ਜ਼ਿਆਦਾ ਨਹੀਂ ਜਾਣਦੇ। ਸ਼ੁਰੂਆਤ ਪਿਤਾ ਤੋਂ ਕਰਦੇ ਹਾਂ। ਅਰਸ਼ਦ ਨਦੀਮ ਦੇ ਪਿਤਾ ਮੁਹੰਮਦ ਅਸ਼ਰਫ ਮਜ਼ਦੂਰ ਨੇ। ਉਹਨਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਘਰ ਦੇ ਬਾਹਰ ਖਰਚੇ ਅਤੇ ਨਦੀਮ ਦੀ ਟ੍ਰੇਨਿੰਗ ਦੋਵਾਂ ਨੂੰ ਪੂਰਾ ਕਰ ਸਕੇ। ਨਦੀਮ ਨੂੰ ਪੈਰਿਸ ਓਲੰਪਿਕ ਦੇ ਵਿੱਚ ਭੇਜਣ ਲਈ ਉਸਦੇ ਪੂਰੇ ਪਿੰਡ ਨੇ ਉਸਦੇ ਟ੍ਰੇਨਿੰਗ ਦੇ ਲਈ ਪੈਸੇ ਇਕੱਠੇ ਕੀਤੇ। ਪੀਟੀਆਈ ਨਾਲ ਗੱਲ ਕਰਦੇ ਹੋਏ ਉਸਦੇ ਪਿਤਾ ਨੇ ਕਿਹਾ ਕਿ ਲੋਕਾਂ ਨੂੰ ਨਹੀਂ ਪਤਾ ਕਿ ਅਰਸ਼ਦ ਇੱਥੇ ਕਿਵੇਂ ਪਹੁੰਚਿਆ, ਕਿਵੇਂ ਉਸਦੇ ਪਿੰਡ ਵਾਸੀਆਂ ਨੇ ਉਸਦੇ ਕਰੀਅਰ ਦੀ ਸ਼ੁਰੂਆਤ ਦੇ ਵਿੱਚ ਫੰਡ ਇਕੱਠਾ ਕਰਕੇ ਸਿਖਲਾਈ ਦੇਣ ਅਤੇ ਵੱਖ ਵੱਖ ਥਾਵਾਂ ਦੀ ਟ੍ਰੇਨਿੰਗ ਕਰਨ ਵਿੱਚ ਮਦਦ ਕੀਤੀ ਹੈ। ਉਸਨੇ ਇਹ ਵੀ ਦੱਸਿਆ ਕਿ ਆਰਥਿਕ ਤੰਗੀ ਕਾਰਨ ਅਰਸ਼ਦ ਨੂੰ ਪੁਰਾਣੇ ਨੇਜ਼ੇ ਨਾਲ ਮਾਰਨਾ ਪਿਆ। ਇਹ ਜੈਵਲਿਨ ਵੀ ਖਰਾਬ ਹੋ ਚੁੱਕਿਆ ਹੈ ਅਤੇ ਉਹ ਕਈ ਸਾਲਾਂ ਤੱਕ ਅੰਤਰਰਾਸ਼ਟਰੀ ਪੱਧਰ ਦਾ ਨਵਾਂ ਜੈਵਲਿਨ ਨਹੀਂ ਖਰੀਦ ਸਕਿਆ ਅਤੇ ਪੁਰਾਣੇ ਖਰਾਬ ਹੋਏ ਜੈਵਲਿਨ ਨਾਲ ਅਭਿਆਸ ਕਰਦਾ ਰਿਹਾ। ਕੀ ਤੁਸੀਂ ਵੀ ਨਦੀਮ ਦੀ ਕਹਾਣੀ ਤੋਂ ਪ੍ਰੇਰਿਤ ਹੋਏ ਹੋ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ।